ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਬੱਕਰੀਆਂ ਦੇ ਜਿਹੜੇ ਨਾਗ ਨੇ ਵਕਾਊ ਆ ਸੱਚ ਨੂੰ ਉਹ ਲੈ ਕੇ ਆਏ ਹਾਂ ਤੁਹਾਡੇ ਵਾਸਤੇ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਅਤੇ ਬੱਕਰੀਆਂ ਬਹੁਤ ਹੀ ਸੋਹਣੀਆਂ ਅਤੇ ਬੱਚੇ ਚੰਗੀ ਕੁਆਲਿਟੀ ਦੇ ਮਗਰ ਬੱਚੇ ਲੱਗੇ ਹੋਏ ਆ। ਬੱਕਰੀਆਂ ਜਿਹੜੀਆਂ ਵਕਾਊ ਆ ਦੋਸਤੋ, ਤਿੰਨ ਬੱਕਰੀਆਂ ਜਿਹੜੀਆਂ ਵੱਡੀਆਂ ਹੈਗੀਆਂ ਅਤੇ ਚਾਰ ਜਿਹੜੇ ਮਗਰ ਬੱਚੇ ਆ ਦੋਸਤੋ, ਉਹ ਸੇਲ ਹੈ ਜਿਹਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਆਹ ਜਿਹੜੀ ਬਰਬਰੀ ਬੱਕਰੀ ਜਾਂਦੀ ਹੈ, ਨਾਲ ਇਹਦੇ ਦੋ ਬੱਕਰੇ ਮਗਰ, ਇੱਕ ਲਾਲ ਰੰਗ ਦਾ ਇੱਕ ਚਿੱਟੇ ਰੰਗ ਦਾ, ਦੋਨੋਂ ਹੀ ਮੇਲ ਹੈ ਅਤੇ ਇਹ ਤਿੰਨੇ ਨਗ ਵਕਾਊ ਆ ਸੱਜਣੋ। ਅਤੇ ਇੱਕ ਜਿਹੜੀ ਪਰਲੇ ਪਾਸੇ ਤੁਸੀਂ ਡੱਬੀ ਬੱਕਰੀ ਦੇਖ ਰਹੇ ਹੋ, ਉਹਦੇ ਨਾਲ ਦੋ ਪੱਠਾਂ ਖੜੀਆਂ ਨੇ ਜਿਹੜੀਆਂ ਸ਼ੇਰੇ ਕਲਰ ਦੀਆਂ ਅਤੇ ਬਰਾਊਨ ਕਲਰ ਦੀਆਂ। ਇਹ ਵੀ ਦੋਸਤੋ ਤਿੰਨੇ ਹੀ ਵਕਾਊ ਹੈ, ਵੱਡੀ ਬੱਕਰੀ ਅਤੇ ਦੋਨੇ ਪੱਠਾਂ ਉਹਦੀਆਂ, ਇੱਕ ਬਰਬਰੀ ਬੱਕਰੀ ਆ ਅਤੇ ਨਾਲ ਉਹਦੇ ਦੋ ਬੱਕਰੇ ਜਿਹੜੇ ਉਹ ਵਕਾਊ ਆ ਸੱਜਣੋ। ਆਹ ਦੇਖੋ ਤੁਸੀਂ ਵੀਡੀਓ ਦੇ ਵਿੱਚ, ਬੱਕਰੇ ਬਹੁਤ ਸੋਹਣੇ ਪਲੇ ਹੋਏ ਨੇ, ਚਾਰ ਚਾਰ ਮਹੀਨਿਆਂ ਦੇ ਹੋ ਚੁੱਕੇ ਆ। ਅਤੇ ਜਿਹੜੀਆਂ ਦੂਜੀਆਂ ਪੱਠਾਂ ਦੋਸਤੋ, ਕਾਲੇ ਰੰਗ ਦੀ ਅਤੇ ਜਿਹੜੀ ਹੈਗੀ ਹੈ ਬਰਾਊਨ ਕਲਰ ਦੀ, ਉਹ ਦੋਸਤੋ ਢਾਈ ਢਾਈ ਤਿੰਨ ਤਿੰਨ ਮਹੀਨਿਆਂ ਦੀਆਂ। ਆਹ ਦੇਖੋ ਤੁਸੀਂ ਬੱਚਿਆਂ ਦੀ ਕੁਆਲਿਟੀ ਦੇਖੋ। ਅਤੇ ਇੱਕ ਦੋਸਤੋ ਦੇਸੀ ਬੱਕਰੀ ਹੈ ਜਿਹੜੀ ਇੱਧਰ ਖੜੀ ਹੈ ਸਾਈਡ 'ਤੇ, ਉਹ ਵੀ ਵਕਾਊ ਹੈ। ਜੇ ਕਿਸੇ ਵੀਰ ਭਰਾ ਨੇ ਦੁੱਧ ਦੱਧ ਵਾਸਤੇ ਦੇਸੀ ਬੱਕਰੀ ਰੱਖਣੀ ਹੋਵੇ ਤਾਂ ਉਹ ਵੀ ਖਰੀਦ ਸਕਦਾ ਹੈ, ਦਿੱਤੇ ਹੋਏ ਨੰਬਰ 'ਤੇ ਬਾਈ ਨਾਲ ਗੱਲ ਕਰ ਸਕਦੇ ਹਾਂ ਦੋਸਤੋ। ਅਤੇ ਬਾਕੀ ਤੁਸੀਂ ਬੱਕਰੀਆਂ ਦੀ ਕੁਆਲਿਟੀ ਚੈੱਕ ਕਰੋ। ਇਹ ਜਿਹੜੇ 7-8 ਨਾਗ ਹੈ, ਇਹ ਬਾਈ ਨੇ ਸਾਰੇ ਇਕੱਠੇ ਹੀ ਵੇਚਣੇ ਦੋਸਤੋ। ਆਹ ਬੱਚਾ ਇੱਕ ਇੱਕ ਜਿਹੜਾ ਬਲੈਕ ਕਲਰ ਦਾ ਬੱਚਾ, ਉਹ ਪਿੱਛੇ ਖੜਾ ਹੈ, ਦੋਨੇ ਇੱਕੋ ਸੂਏ ਦੇ ਬੱਚੇ ਆ ਦੋਸਤੋ, ਦੋਨੇ ਫੀਮੇਲਾਂ ਬੱਕਰੀਆਂ, ਦੋਨੇ ਪੱਠਾ ਇਹ। ਉਹ ਸਾਹਮਣੇ ਇਹਨਾਂ ਦੀ ਮਾਂ ਖੜੀ ਸੱਜਣੋ, ਠੀਕ ਹੈ ਨਾ। ਅਤੇ ਬਾਕੀ ਬਾਈ ਨਾਲ ਨੰਬਰ 'ਤੇ ਗੱਲ ਕਰਕੇ ਤੁਸੀਂ ਇਹਨਾਂ ਦਾ ਰੇਟ ਰੂਟ ਪੁੱਛ ਸਕਦੇ ਹੋ। ਜਾਇਜ਼ ਜੇ ਰੇਟ 'ਚ ਬਾਈ ਕਹਿੰਦਾ ਦੇਣੀ ਆ ਆਪਾਂ, ਕੋਈ ਬਾਹਲਾ ਉਹ ਕੰਮ ਨਹੀਂ ਹੈਗਾ ਵੀ ਆਪਾਂ ਮੰਗੀਏ ਕੁਛ ਹੋਰ ਅਤੇ ਕਰੀਏ ਭਾਅ ਕੋਈ ਹੋਰ। ਇੱਕ ਇਹਨਾਂ ਬਾਈਆਂ ਕੋਲ ਜਰਮਨ ਸ਼ੈਫਰਡ ਬਰੀਡ ਦੀ ਜਿਹੜੀ ਫੀਮੇਲ ਆ ਦੋਸਤੋ, ਉਹ ਵੀ ਸੇਲ ਵਾਸਤੇ ਲਾਈ ਹੋਈ ਹੈ। ਉਹ 4-5 ਮਹੀਨੇ ਉਹਨੂੰ ਸੂਈ ਨੂੰ ਹੋ ਚੁੱਕੇ ਆ ਅਤੇ ਬਹੁਤ ਸੋਹਣੀ ਫੀਮੇਲ ਹੈ, ਹੀਟ ਦੇ ਵਿੱਚ ਆਉਣ ਵਾਲੀ ਹੈ ਦੋਸਤੋ। ਜੇ ਕੋਈ ਜਰਮਨ ਸ਼ੈਫਰਡ ਬਰੀਡ ਦਾ ਸ਼ੌਕੀਨ ਬੰਦਾ ਜਾਂ ਬੱਕਰੀਆਂ ਖਰੀਦਣ ਦਾ ਸ਼ੌਕੀਨ ਹੋਇਆ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰਿਓ ਬਾਈ। ਧੰਨਵਾਦ।